ਸਾਤਿਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਤੇ ਅੱਜ ਆਪਾਂ ਟਰੈਕਟਰ ਦੇ ਲਾਤੀਏ ਜੀ 에ਅਰ ਕੰਪਰੈਸ਼ਨ ਵਾਲੀ ਟੈਂਕੀ ਤੇ ਅੱਜ ਇਹਨੂੰ ਆਪਾਂ ਕਰਿਆ ਤਿਆਰ ਇਹਦੇ ਢਾਂਗਣਾ ਬੜੇ ਰੇਅਰ ਜੇ ਥਾਂ ਤੇ ਲੱਭ ਕੇ ਲਾਈ ਆ ਆਪਾਂ ਵੀ ਜਿੱਥੇ ਕੋਈ ਦਿੱਕਤ ਨਾ ਲਾਵੇ ਇਹ ਸੋ ਨਵਾਂ ਜਿਹਾ ਥਾਂ ਲੱਭ ਕੇ ਲਾਈ ਆ ਇਹਦੇ ਤੇ ਇਹਦੀ ਫਿਟਿੰਗ ਦੀ ਵੀਡੀਓ ਆਪਾਂ ਪੂਰੀ ਬਣਾਈ ਆ ਤੇ ਦੋ ਨੰਬਰ ਤੇ ਆਪਾਂ ਲਾਤੀਏ ਜੀ ਇਹਦੇ ਮੜਗਾ ਅਗਲੇ ਤੇ ਇਹਦੇ ਸਟੈਂਡਡ ਆਪਾਂ ਉਥੋਂ ਸਕ੍ਰੈਪ ਚ ਲੈ ਕੇ ਆਂਦੇ ਸੀਗੇ ਤੇ ਸਾਰੀ ਫਿਟਿੰਗ ਦੀ ਵੀਡੀਓ ਮੰਨ ਲਓ ਕਿ ਆਪਾਂ ਸਾਰੀ ਇਹ ਵੀ ਬਣਾਈ ਹੋਈ ਆ ਤੇ ਚੈੱਕ ਕਰੋ ਬਾਈ ਜੀ ਲੱਗਦੇ ਆ ਸੋਹਣੇ ਤੇ ਬਾਕੀ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਮੇਰੇ ਵੀਰ ਪੁਰਾਣੇ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਆਪਾਂ ਜੀ ਇਹਦਾ ਫਰੇਮ ਇਸ ਸ਼ੇਪ ਚ ਲੈ ਕੇ ਆਂਦਾ ਸੀਗਾ ਥੋੜੀ ਜਿਹੀ ਤਾਂ ਇਹ ਤੇ 32 ਵਜੀ ਵੀ ਸੀ ਇਸ ਜਗ੍ਹਾ ਤੇ ਤੇ ਬਾਕੀ ਇਹਦੇ ਜਿਹੜੇ ਪੈਰ ਸੀਗੇ ਇਹ ਹੋ ਢਾਂਗਣਾ ਲੱਗੇ ਹੋਏ ਸੀਗੇ ਇਹਦੇ ਤੇ ਇਹਨੂੰ ਆਪਾਂ ਉਤਾਰਾਂਗੇ ਇੱਕ ਵਾਰੀ ਸਾਰੇ ਨੂੰ ਇਹਨੂੰ ਉਤਾਰ ਕੇ ਤੇ ਆਪਾਂ ਆਪਣੇ ਹਿਸਾਬ ਨਾਲ ਇਹਦੇ ਪੈਰ ਬਣਾ ਕੇ ਲਾਵਾਂਗੇ ਵੀ ਜਿਹੜੀ ਉਸ ਜਗ੍ਹਾ ਤੇ ਟੈਂਕੀ ਵਧੀਆ ਢਾਂਗਣਾ ਫਿੱਟ ਆ ਜਾਵੇ ਆਪਣੇ ਤੇ ਇਹ ਤੇ ਇਸ ਕੈਬ ਚ ਕੰਮ ਤੇਜੀ ਪੱਟਾ ਖੋਈ ਕਰਨ ਤੇ ਥੋੜੀ ਮਿਹਨਤ ਤਾਂ ਜ਼ਰੂਰ ਵੱਧ ਲੱਗਦੀ ਹੈ ਪਰ ਚੀਜ਼ ਸੋਹਣੀ ਬਣ ਜਾਂਦੀ ਹੈ ਬਾਕੀ ਚੀਜ਼ ਜਨਜ਼ਰ ਆਪਾਂ ਨੂੰ ਲੱਗਣ ਚ ਸੋਹਣੀ ਨਾ ਲੱਗਿਆ ਆਪਾਂ ਉਨੇ ਵਾਰ ਹੀ ਪੱਟ ਕੇ ਲਾ ਦਿੰਦੀਏ ਬਾਈ ਆਪਾਂ ਕਦੇ ਚੀਜ਼ ਨੁਪੱਟਾ ਕੋਈ ਤੇ ਵੱਡਾ ਟੁੱਕੀ ਕਰਨ ਤੋਂ ਕਦੇ ਗਰੀਜ ਨਹੀਂ ਕੀਤਾ ਚਾਹੇ ਟਰੈਕਟਰ ਨਵਾਂ ਹੋਵੇ ਤੇ ਚਾਹੇ ਪੁਰਾਣਾ ਹੋਵੇ ਤੇ ਜਿਹੜੀ ਚੀਜ਼ ਆਪਾਂ ਦਾ ਨਾਂ ਜਜ਼ੀਦ ਆਪਾਂ ਉਹ ਕੱਟ ਕੇ ਬਰੇ ਮਾਰੀਦੀ ਐ ਤੇ ਇਹਦੀ ਹੁਣ ਆਪਾਂ ਜੇ ਲਾਉਣਾ ਹੁੰਦਾ ਤੇ ਅੱਗੇ ਲੱਗਣ ਵਾਸਤੇ ਟੈਂਕੀ ਐ ਇਦਾਂ ਹੀ ਫਰੇਮ ਆਉਂਦਾ ਤੇ ਆਈਆਂ ਨੇ ਫਿੱਟ ਹੋ ਜਾਣਾ ਸੀ ਬਟ ਉੱਥੇ ਇਹ ਦਿੱਕਤ ਕਰਦੀ ਐ ਕਾਫੀ ਜ਼ਿਆਦੇ ਤੇ ਹੁਣ ਆਪਾਂ ਇਹਨੂੰ ਇੱਕ ਮਗਰਾੜ ਦੇ ਥੱਲੇ ਜਗ੍ਹਾ ਲੱਭੀ ਐ ਲਾਉਣ ਨੂੰ ਸੋ ਆਪਾਂ ਇਹਨੂੰ ਉਸ ਜਗ੍ਹਾ ਤੇ ਲਾਵਾਂਗੇ ਉਹਦੇ ਲਈ ਇਹਦਾ ਜਿਹੜਾ ਫਰੇਮ ਐ ਆਪਾਂ ਨੂੰ ਬਟਣਾ ਪੈਣਾ ਐ ਤੇ ਥੋੜੀ ਜਿਹੀ ਇਹਨਾਂ ਵਟੋ ਕਰਨੀ ਪੈਣੀ ਆ। ਉਦੋਂ ਬਾਅਦ ਚੀਜ਼ ਬਣ ਜੂਗੀ ਪੂਰੀ ਬੰਬ ਬਾਈ ਇਹ। ਤੇ ਅੱਗੇ ਤੁਸੀਂ ਵੀਡੀਓ ਵਿੱਚ ਸਟਾਰਟਿੰਗ ਦੇ ਵਿੱਚ ਲੱਗੀ ਵੀ ਦੇਖ ਵੀ ਲਈ ਹੋਣੀ ਆ। ਵੀ ਆਪਾਂ ਇਹਨੂੰ ਕਿੱਦਾਂ ਦਾ ਲੱਗੀ ਫਿੱਟ ਕਰੀ ਵੀ ਆ। ਤੇ ਬਾਕੀ ਇਸ ਕੰਮ ਆ ਜਿਹੜਾ ਆਪਾਂ ਪੂਰਾ ਸਫਾਈ ਨਹੀਂ ਕਰੀਦਾ ਵੀਰੇ। ਤੇ ਇੱਕ ਵੀਡੀਓ ਹੋਰ ਤੁਹਾਨੂੰ ਆਪਾਂ ਦਿਖਾਉਣੇ ਆ ਨਾਲ ਅੱਗੇ। ਕੱਲ ਨੂੰ ਪਾਵਾਂਗੇ ਜਾਂ ਪਰਸੋਂ। ਇੱਕ ਟਰੈਕਟਰ ਆਪਣੇ ਕੋਲੇ ਹੋਰ ਆਇਆ ਹੋਇਆ ਕਿਸੇ ਦੋਸਤ ਦਾ। ਇਹਨਾਂ ਨੇ ਵੀ ਉੱਥੋਂ ਹੀ ਲਿਆਗਾ। ਤੇ ਆਪਾਂ ਉਹਨੂੰ ਕਰ ਰਹੇ ਹਾਂ ਤਿਆਰ ਟਰੈਕਟਰ ਨੂੰ ਵੀ ਨਾਲ-ਨਾਲ ਤੇ ਆਹ ਵਾਲੀ ਪੱਤੀ ਵੀ ਦੀ ਉਤਾਰਨੀ ਹੋਈ ਪੈਣੀ ਹੈ ਜਿਹੜੀ ਨਾਲ ਹੱਥ 'ਚ ਫੜੀ ਹੋਈ ਹੈ ਤੇ ਆਹ ਲਓ ਜੀ ਆਪਾਂ ਕਰਤਾ ਆਪਣੇ ਹਿਸਾਬ ਨਾਲ ਬਿਲਡ ਇਹਨੂੰ ਸਾਰੀ ਪੱਟਾ ਖੋਈ ਕਰਕੇ ਬਾਅਦ 'ਚ ਇਹ 'ਚ ਗ੍ਰੈਂਡਰ ਮਾਰ ਕੇ ਸਫਾਈ ਲਿਆ ਦੇਾਂਗੇ ਪੂਰੀ ਤੇ ਆਹ ਦੇਖੋ ਜੀ ਕਿਵੇਂ ਲੱਗਦਾ ਇੱਥੇ ਲੱਗਿਆ ਹੋਵੇ ਸਾਰੀ ਬੱਤੀ-ਬੁੱਤੀ ਜਗਾ ਵਾਲੇ ਥਾਂ ਤੇ ਵੀ ਆਪਾਂ ਕਰ ਦਿਆਂਗੇ ਬੰਦ ਇਹਨੂੰ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਪੇਂਟ ਇਹ ਦੇਖਣ ਜਿਦਾ ਮੰਨ ਲਓ ਫਿੱਟ ਕਰਨ ਚ ਤਾਂ ਸਹੀ ਜਗ੍ਹਾ ਤੇ ਆ ਗਈ ਐ। ਇਹਦਾ ਐਂਗਲ ਬਦਲਣਾ ਪਿਆ ਥੋੜਾ ਜਿਹਾ ਤਾਂ ਆਪਾਂ ਨੂੰ। ਤੇ ਬਾਕੀ ਇਹਦੇ ਸਟੈਂਡ ਆ ਜਿਹੜੇ ਉਹ ਨਵੇਂ ਸਿਰਿਆਂ ਤੇ ਨਵੇਂ ਢਾਂਗਣਾ ਬਣਾਏ ਆ। ਆਹ ਵੈਲਡਿੰਗ ਕਰੋ ਚੈੱਕ ਜੀ ਵਧੀਆ ਲੱਗੀ ਹੋਈ ਐ। ਪੂਰੀ ਮਜ਼ਬੂਤੀ ਨਾਲ ਹੀ ਕਰਿਆ ਕੰਮ ਤਾਂ ਤਾਂ ਕੱਚਾ ਨਹੀਂ ਰੱਖਿਆ ਕਿਤੇ ਵੀ। ਤੇ ਹੁਣ ਇਹਦੀ ਪੇਂਟ ਦੀ ਵਾਰੀ ਐ ਤੇ ਇਧਰੋਂ ਟੈਂਕੀ ਵੀ ਇਧਰ ਪੇਂਟ ਕਰਤੀ ਆਪਾਂ। ਤੇ ਸੁੱਕਣ ਲਈ ਟੰਗੀ ਹੋਈ ਐ। ਤੇ ਜਦੋਂ ਇਹ ਪੇਂਟ ਮੰਨ ਲਓ ਸੁੱਕ ਗਿਆ ਉਦੋਂ ਬਾਅਦ ਇਹਨੂੰ ਆਪਾਂ ਪਹੁੰਚਕਾ ਸਾਂਗੇ। ਤੇ ਉਹਦੀ ਵੀਡੀਓ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਆ ਤੇ ਪੇਂਟ ਇਹਦਾ ਸੋਨਾਂ ਦੀ ਕਾਲਾ ਹੀ ਲਿਆਂਦਾ ਹੋਇਆ 1 ਲੀਟਰ ਲਿਆਂਦਾ ਸੀਗਾ ਤੇ ਹਜੇ ਤੱਕ ਮੰਨ ਲਓ ਚੱਲੀ ਜਾਂਦਾ ਤੇ ਹਜੇ ਹੋਰ ਵੀ ਕਾਫੀ ਚੀਜ਼ਾਂ ਉਹਦੇ ਨਾਲ ਪੇਂਟ ਹੋ ਜਾਣਗੀਆਂ ਮੈਨੂੰ ਲੱਗਦਾ ਤੇ ਅੱਗੇ ਵੀਡੀਓ ਤੁਹਾਨੂੰ ਆਪਾਂ ਦਿਖਾਉਣੇ ਆ ਫਿਟਿੰਗ ਦੀ ਵੀ ਇਹਦੀ ਕਿਉਂਕਿ ਜਿੰਨਾ ਚਿਰ ਚੀਜ਼ ਆਪਦੇ ਹਾਂ ਤੇ ਜਾ ਕੇ ਫਿੱਟ ਨਹੀਂ ਹੁੰਦੀ ਉਹਨਾਂ ਚਿਰ ਕਿਸੇ ਨੂੰ ਇਹਦੀ ਕੋਈ ਸਮਝ ਨਹੀਂ ਆਉਂਦੀ ਇਸ ਤੋਂ ਬਾਅਦ ਆਪਾਂ ਇਹਦੇ ਸ਼ੋਅ ਵਾਲੇ ਵੀ ਆ ਬਾਰਡਰ ਕੇ ਅੰਦਰ ਕਰਨੇ ਆ ਤੇ ਕਿਉਂਕਿ ਇਹ ਖੁੱਲੇ ਆ ਇਹਨੂੰ ਆਪਾਂ 32 ਇੰਚ ਤੇ ਲਿਜਾਣਾ ਹੈ ਇਹ। ਇਹ 42 ਇੰਚ ਤੇ ਆ ਹੁਣ। ਸੋ ਪਟਕੇ ਵੀ ਵੀਡੀਓ ਕਰਾਂਗੇ ਫੇਰ ਹੀ ਨਵੇਂ ਮਾਡਲ ਵਾਲੀ ਸ਼ੋ ਚੜੂਗੀ ਇੱਥੇ। ਤੇ ਇਹਦੀ ਵੀਡੀਓ ਆਪਾਂ ਅੱਗੇ ਬਣਾਉਣੇ ਆ। ਆਹ ਲਓ ਜੀ ਘਰਤੀਆ ਟੈਂਕੀ ਆਪਦੇ ਥਾਂ ਤੇ ਫਿੱਟ। ਪੇਂਟ ਸੁੱਕ ਗਿਆ ਸੀਗਾ ਦੁਬਾਰਾ ਟੈਂਕੀ ਫਿੱਟ ਕਰਕੇ। ਉਸ ਤੋਂ ਬਾਅਦ ਹੀ ਇਹਦੀ ਵੀਡੀਓ ਬਣਾਈ ਆਪਾਂ। ਹੁਣ ਕਰੋ ਜੀ ਚੈੱਕ ਆ ਗਿਆ ਰੇਅਰ ਜੇ ਥਾਂ ਤੇ ਟੈਂਕੀ ਇਹਦੀ। ਕਿਉਂਕਿ ਇਹਦੇ ਆਪਾਂ ਨੂੰ ਇੰਨੀ ਜਗ੍ਹਾ ਲੱਭਣ ਵਾਸਤੇ ਕਾਫੀ ਟਾਈਮ ਲੱਗਿਆ ਵੀ ਟੈਂਕੀ ਕਿੱਥੇ ਲਾਈਏ ਵੀ ਜਿੱਥੇ ਕੋਈ ਦਿੱਕਤ ਨਾ ਕਰੇ ਇਹ ਕਿਉਂਕਿ ਹੁਣ ਜਿੱਥੇ ਲਾਈਏ ਇੱਥੇ ਕੋਈ ਚੀਜ਼ ਦੀ ਆਪਣੇ ਦਿੱਕਤ ਨਹੀਂ ਹੈਗੀ ਸਾਰੀ ਲਿਫਟ ਚੱਕ ਕੇ ਵੇਖ ਲਈ ਆ ਤੇ ਟਾਇਰਾਂ ਦੇ ਨਾਲ ਵੀ ਮੰਨ ਲਓ 7-8 ਇੰਚ ਦੀ ਜਗ੍ਹਾ ਹੈਗੀ ਆ ਕਿਉਂਕਿ 7 ਇੰਚ ਗਾਰਾ ਨਹੀਂ ਕਦੇ ਵੀ ਟਰੈਕਟਰ ਚੱਕਦਾ ਤੇ ਇੱਥੇ ਪਤਾ ਵੀ ਨਹੀਂ ਲੱਗਦਾ ਕਿਸੇ ਨੂੰ ਵੀ ਟਰੈਕਟਰ ਦੀ ਟੈਂਕੀ ਲੱਗੀ ਹੋਈ ਆ ਹਵਾਲੀ ਨਾ ਇਹਦਾ ਪ੍ਰੈਸ਼ਰ ਹਾਰਨ ਚੱਲ ਪੈਣਗੇ ਤੇ ਦੋ ਨੰਬਰ ਤੇ ਆਪਾਂ ਜਿੰਨੇ ਵੀ ਇਹਦੇ ਬੈਕਪੈਡਲ ਬਣਾਉਣੇ ਆ ਮੰਨ ਲਓ ਆਪਾਂ ਪਹਿਲਾਂ ਉਹ ਆਪਾਂ ਈਅਰ ਪੈਡਲ ਰੱਖਨੇ ਆ ਤਕੀ ਆ ਆ ਜੀ ਮੜਗਾੜ ਫਰੇਮ ਇਹਦਾ ਅਗਲਾ ਤੇ ਇਹ ਇੱਥੇ कसे ਜਾਣੇ ਆ ਆ ਇਹਦੇ ਪੈਰ ਆ ਤੇ ਇਹ ਉਹਨਾਂ ਨੂੰ ਕੱਟ ਕੇ ਦੋਹਾਂ-ਦੋਹਾਂ ਤੋਂ ਆਪਾਂ ਇੱਕ ਤਿਆਰ ਕਰਨਾ ਹੈ ਸਕ੍ਰੈਪ ਚ ਲੈ ਕੇ ਆਂਦੇ ਆ ਤੋ ਉਲਕੇ ਉਥੋਂ ਤੇ ਇਹਨਾਂ ਨੂੰ ਆਪਾਂ ਹੁਣ ਚੀਰ ਲਾ ਲਿਆ ਥੋੜਾ-ਥੋੜਾ ਗ੍ਰੈਂਡਰ ਨਾਲ ਬਾਕੀ ਇਹਨਾਂ ਨੂੰ ਆਪਾਂ ਕੱਟਨੇ ਆ ਤੇ ਕੱਟ ਕੇ ਦੋਹਾਂ ਤੋਂ ਇੱਕ ਬਣੂਗਾ ਕਿਉਂਕਿ ਦੋ ਪੀਸਾਂ ਚੋਂ ਇੱਕ ਪੀਸ ਜਿੰਨਾ ਮਟੀਰੀਅਲ ਨਿਕਲਿਆ ਆਉਂਦਾ ਹੈ ਤੇ ਇਹਨਾਂ ਨੂੰ ਕੱਟ ਕੇ ਆਪਾਂ ਤੁਹਾਨੂੰ ਅੱਗੇ ਦਿਖਾਉਣਾ ਹੈ ਵੀਡੀਓ 'ਚ ਕੱਟ ਕੇ ਕਿਦਾਂ ਤਿਆਰ ਕੀਤੇ ਆ। ਬਾਕੀ ਬਡਨ ਟੁੱਕਣ ਵਾਲਾ ਕੰਮ ਥੋੜੀ ਜਿਹੀ ਮਿਹਨਤ ਖਾਂਦਾ। ਆਹ ਲੋ ਜੀ ਕਰਤੇ ਪੀਸਾ ਡੜੋ ਤਾਂ ਸਕ੍ਰੈਪ ਹੋ ਗਿਆ ਦੋ ਪੀਸੇ 'ਚੋਂ। ਤੇ ਆਹ ਦੋ ਪੀਸ ਨਖਾਲਸ ਨਿਕਲਿਆ ਆਏ ਆ ਜਿਨ੍ਹਾਂ ਤੋਂ ਆਪਣਾ ਇੱਕ ਮੜਗੜ ਤਿਆਰ ਹੋ ਜਾਣਾ। ਕੰਪਲੀਟ ਪੂਰਾ ਕੰਪਲੀਟ ਹੋ ਜਾਊਗਾ ਇਹਨਾਂ ਇੱਕ ਮੜਗੜ। ਸੋ ਜੇ ਏਜੰਸੀ 'ਚ ਇਹ ਸਿਸਟਮ ਲੈਣਾ ਤਾਂ ਕਾਫੀ ਮਹਿੰਗਾ ਪੈ ਜਾਂਦਾ। ਤੇ ਆਪਾਂ ਕੱਚੇ ਬੈਲਡਾਂ ਤੇ ਢਕਾਦਾ ਜੀ ਇਹਨੂੰ ਦੋ ਘਟਾਂਕੇ ਲਾ ਕੇ ਕਿਉਂਕਿ ਇਹਦੇ ਉੱਚਾ ਨਹੀਂ ਲਾ ਸਕਦੇ ਜਿਆਦਾ ਜਿਵੇਂ ਕਈ ਟਰੈਕਟਰਾਂ ਦੇ ਉੱਤੇ ਮਰਗੜ ਲੱਗ ਜਾਂਦੇ ਤੇ ਟੈਂਕੀ ਆ ਗਈ ਆ ਪਿੱਛੇ ਡੀਜ਼ਲ ਵਾਲੀ ਉਹ ਦਿੱਕਤ ਕਰਦੀ ਪਈ ਐ ਮੜਗੜ ਦੇ ਨਾਲ ਆਹ ਦੂਜੀ ਸਾਈਡ ਦਾ ਜੀ ਇਹ ਵੀ ਆਪਾਂ ਕਰਤਾ ਰੈਡੀ ਕੱਚੇ ਟਾਂਕਿਆਂ ਤੇ ਖੜਾवट ਹਜੇ ਤੇ ਆਹ ਕਰਤੇ ਆ ਜੀ ਆਪਾਂ ਟਾਂਕੇ ਪੱਕੇ ਇਹਦੇ ਤੇ ਦੂਜਾ ਬਾਅਦ ਰਹਿ ਗਿਆ ਦਾ ਪੇਂਟ ਦਾ ਕੰਮ ਤੇ ਇਸ ਤੋਂ ਬਾਅਦ ਆਪਾਂ ਇਹਦਾ ਪੇਂਟ ਦਾ ਕੰਮ ਕਰ ਦਿਆਂਗੇ ਤੇ ਜਿਹੜੇ ਵੇਲਡਿੰਗ ਵਾਲੀ ਜਗਾ ਕਿ ਉਹਨਾਂ ਤੇ ਗਰੰਡਰ ਗਰੰਡਰ ਮਾਰਤਾ ਹੈ ਇਹਦੇ ਹਲਕਾ ਜਿਹਾ ਰਹਿ ਗਿਆ ਮਾਰ ਦਿੰਨੇ ਆ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਪੇਂਟ ਤੇ ਪੇਂਟ ਕਰਕੇ ਫਿਰ ਇਹਨੂੰ ਕੱਸ ਕੇ ਤੇ ਉੱਪਰ ਵਾਲੇ ਫਲੈਪ ਇਹਦੇ ਲਾ ਦੇਾਂਗੇ ਤੇ ਇਹ ਸੈੱਟ ਹੋ ਗਿਆ ਜੀ ਮੰਨ ਲਓ ਕੋਈ 5000 ਰੁਪਏ ਦੇ ਵਿੱਚ ਕੰਪਲੀਟ ਤਿਆਰ ਹੋ ਗਿਆ ਆ ਪੇਂਟ ਦਾ ਕੰਮ ਹੈ ਜੀ ਇਹ ਵੀ ਨਿਬੜ ਗਿਆ ਸੋ ਪੇਂਟ ਕਰਿਆ ਸੀਗਾ ਆਪਾਂ ਥੋੜਾ ਜਿਹਾ ਦਿਨ ਛੇਪੇ ਤੇ ਉਦੋਂ ਵੀਡੀਓ ਨਹੀਂ ਬਣਾ ਸਕੇ ਦੀ ਆਪਾਂ ਤੇ ਸੋ ਆਪਾਂ ਇਹਦੀ ਵੀਡੀਓ ਤੁਹਾਨੂੰ ਸੁਭਾਹ ਹੀ ਦਿਖਾਉਣੇ ਆ। ਬਣਾਈ ਐ। ਤੇ ਪੇਂਟ ਪੂਰਾ ਘੈਂਟ ਹੋ ਗਿਆ। ਸੋਨਾ ਵੀ ਲੱਗਦਾ ਹੈ। ਬਾਕੀ ਮੈਚਿੰਗੇ ਥੋੜੇ ਦਿਨਾਂ ਤੋਂ ਬਾਅਦ ਮੈਚ ਕਰ ਜਾਂਦਾ ਪੇਂਟ। ਇੱਕ ਵਾਰ ਤਾਂ ਸ਼ਾਈਨ ਨਵਾਂ ਪੇਂਟ ਆ ਜਿਹੜਾ ਸ਼ਾਈਨ ਵਧ ਦਿੰਦਾ। ਤੇ ਉਸ ਤੋਂ ਬਾਅਦ ਮੰਨ ਲਓ ਇਹ ਟਰੈਕਟਰ ਦੇ ਨਾਲ ਹੀ ਮੈਚ ਕਰ ਜਿਵੇਂ ਆ ਬਾਕਸ ਦਾ ਮੈਚ ਹੋ ਚੱਲਿਆ ਜੀ ਪੇਂਟ ਟਰੈਕਟਰ ਦੇ ਨਾਲ। ਹੁਣ ਐ ਲੱਗਦਾ ਜਿਵੇਂ ਟਰੈਕਟਰ ਪੇਂਟ ਕਰਿਆ ਹੁੰਦਾ ਵੀ ਬਾਕਸ ਨਹੀਂ ਪੇਂਟ ਕਰਿਆ ਹੁੰਦਾ ਕਿਉਂਕਿ ਕੁਝ ਦਿਨਾਂ ਤੋਂ ਬਾਅਦ ਜਿਹੜੀ ਨਵੀਂ ਸ਼ਾਈਨ ਹੁੰਦੀ ਹੈ ਇਹ ਖਤਮ ਹੋ ਜਾਂਦੀ ਹੈ ਰੰਗ ਦੀ। ਤੇ ਫੇਰ ਇਹ ਮੈਚ ਕਰ ਜਾਂਦਾ। ਲਓ ਜੀ ਫਲੈਪ ਆ ਜਿਹੜੇ ਹੁਣ ਫਲੈਪ ਕਸਨ ਦੀ ਵਾਰੀ ਆ ਗਈ ਮਰਗਾਰਡ ਕਾਸਤੇ ਆ। ਇਹਦਾ ਜਿਹੜਾ ਸਟਰਕਚਰ ਆ ਦੋਵਾਂ ਦਾ ਕਸਿਆ ਗਿਆ। ਤੇ ਉੱਪਰ ਇਹਦੇ ਫਲੈਪ ਲਾਉਣ ਵਾਲੇ ਰਹਿ ਗਏ ਆ ਜੀ ਖੱਲੇ। ਤੇ ਫਲੈਪਾਂ ਦੀ ਸੈਟਿੰਗ ਇਹ ਤੋਂ ਬਾਅਦ ਕਰਾਂਗੇ। ਤੇ ਬਟ ਹੁਣ ਸੋਨਾ ਲੱਗਦਾ ਜਿਹੜੀ ਚੀਜ਼ ਆਪਾਂ ਨੂੰ ਘੱਟ ਜੀ ਲੱਗਦੀ ਸੀ ਆਪਾਂ ਉਹ ਵੀ ਪੂਰੀ ਕਰਤੀ ਆ। ਬਟ ਇਹ ਤੋਂ ਬਾਅਦ ਸ਼ੋਅ ਦਾ ਕੰਮ ਰਹਿ ਜਾਣਾ ਜੀ ਇਹਦਾ। ਕੰਪਲੀਟ ਕਰਨ ਵਾਲਾ ਤੇ ਆਹ ਜਿਹੜੇ ਨੀਚੇ ਮਰਗਾਰਡ ਪਏ ਆ। ਏ ਵੀ ਆਪਾਂ ਉੱਥੋਂ ਤੋਲ ਕੇ ਲੈ ਕੇ ਆਂਦੇ ਸੀਗੇ ਏ ਉਹਨਾਂ ਨੇ ਆਪਾਂ ਨੂੰ 200 ਰੁਪਏ ਕਿਲੋ ਤੋਲ ਕੇ ਦਿੱਤੇ ਸੀਗੇ ਇਹਨਾਂ ਤੇ ਕਿਸੇ ਤੇ ਹਲਕੀ ਜੀ ਝਲੀਟ ਆ ਤੇ ਆ ਲਓ ਜੀ ਆਪਾਂ ਕਾਸਤੇ ਇਹਦੇ ਮੜਗਾਰਡ ਤੇ ਕੰਪਲੀਟ ਕਰਤਾ ਇਹਦਾ ਕੇਸ ਤੇ 14 ਦੇ ਟਾਇਰ ਕਰਕੇ ਜਿਹੜੇ ਇਹ ਮੜਗਾਰਡ ਆ ਪੂਰੇ ਪੂਰੇ ਹੀ ਆਏ ਆ ਤੇ ਜੇ 12 ਦੇ ਮੜਗਾਰਡ ਹੁੰਦੇ ਤਾਂ ਮੰਨ ਲਓ ਕਵਰ ਕਰਕੇ ਟਾਇਰੇ ਬਾਹਰ ਹੋ ਜਾਣੇ ਸੀ ਸੋ 14 ਦੇ ਟਾਇਰ ਕਰਕੇ ਇਹਦੇ ਜਿਹੜੇ ਮੜਗਾਰਡ ਆ ਪੂਰੇ ਪੂਰੇ ਆਏ ਆ ਤੇ ਦੇਖਣ ਚ ਸੋਹਣੇ ਲੱਗਦੇ ਆ ਤੇ ਬਾਕੀ ਜਿਹੜੀ ਹਲਕੀ ਜੀ ਸੈਟਿੰਗ ਐ ਪੱਤੀਆਂ 'ਚ ਕਰ ਦਿਆਂਗੇ ਜਿਹੜੇ ਝਕਾੜੀ ਪੱਤੀ ਐ ਥੋੜੀ ਜੀ ਸੈਟ ਕਰ ਦਿਆਂਗੇ ਕਸਨ ਤੋਂ ਪਹਿਲਾਂ ਅਜੇ ਫਾਈਨਲ ਨਹੀਂ ਮੰਨ ਲਓ कसे ਹੈਗੇ ਉੱਪਰ ਰੱਖਿਆ ਅਜੇ ਕੱਚੀ ਨੇ ਕਸਾਈ ਕਰੀ ਇਹਦੀ ਭੋਲੇ ਹੱਥ ਦੀ ਤੇ ਸ਼ੇਪਦਾਨਾਂ ਦੇਖੋ ਜੀ ਕੀ ਆ ਗਈ ਓਮੇ ਹੀ ਬਾਕੀ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਇਹਨੂੰ ਚਲਾ ਕੇ ਵੀਡੀਓ ਪਾਵਾਂਗੇ ਵੀ ਕਿੱਦਾਂ ਰਹਿੰਦੇ ਹੈ ਫਿਟਿੰਗ ਫਾਈਨਲ ਕਰ ਲਈਏ ਤੇ ਸੋ ਇਸ ਤੋਂ ਬਾਅਦ ਅਗਲੀ ਵੀਡੀਓ ਆਪਾਂ ਦੂਜੇ ਟਰੈਕਟਰ ਦੇ ਨਾਲ ਵੀ ਪਾਵਾਂਗੇ ਕਿੰਨਾ ਕੁ ਦਾ ਕੰਮ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ ਸਟਾਰਟ ਕਰਤਾ ਉਹਦਾ ਕੰਮ ਵੀ ਆਪਾਂ ਤੇ ਕੱਲ ਜਾਂ ਪਰਸਨ ਉਹਦੀ ਵੀਡੀਓ ਆਪਾਂ ਪਾ ਦੇਾਂਗੇ ਬਾਕੀ ਜਿਹੜੇ ਵੀਰਾਂ ਨੇ ਹਜੇ ਤੱਕ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਵੀਰਾਂ